ਹਲੋ ਜੀ ਸਤਿ ਸ੍ਰੀ ਅਕਾਲ ਮਯੰਕੁਰ ਸੋਨੀ ਵੈਲਕਮ ਕਰਦਾ ਤੁਹਾਡਾ ਸਭ ਦਾ ਸਤਲੂਜ ਔਨਲਾਈਨ ਕਲਾਸਿਸ ਦੇ YouTube ਪਲੇਟਫਾਰਮ ਤੇ ਤਾਂ ATT ਸੈਕੰਡ ਪੇਪਰ ਨੂੰ ਲੈ ਕੇ ਆਪਾਂ ਜਿਹੜੀ ਪ੍ਰੀਪਰੇਸ਼ਨ ਕੱਲ ਸ਼ੁਰੂ ਕੀਤੀ ਸੀ ਉਸੇ ਨੂੰ ਅੱਗੇ ਕੰਟੀਨਿਊ ਕਰਦੇ ਹੋਏ ਅੱਜ ਆਪਾਂ ਜਿਹੜਾ ਹੈ ਚੈਪਟਰ ਨੰਬਰ 1 ਜਿਹੜਾ ਹੈ ਭਾਰਤ ਇੱਕ ਜਾਨ ਪਛਾਣ ਨੂੰ ਅੱਗੇ ਕੰਟੀਨਿਊ ਕਰਾਂਗੇ ਤੇ ਇਹਦੀ ਜਿਹੜੀ ਕਲਾਸ ਹੈ ਇਹ ਅੱਜ ਪੂਰਾ ਚੈਪਟਰ ਜਿਹੜਾ ਹੈ ਕੰਪਲੀਟ ਹੋ ਜਾਏਗਾ ਤੇ ਇਹਦੀ ਜਿਹੜੀ PDF ਹੈ ਤੁਹਾਨੂੰ ਆਪਣੇ Telegram ਚੈਨਲ ਤੇ ਸ਼ੇਅਰ ਕਰ ਦਾਂਗੇ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ ਤੇ Telegram ਨੂੰ ਜੁਆਇਨ ਕਰਨ ਵਾਸਤੇ ਤੁਸੀਂ ਡਿਸਕ੍ਰਿਪ टेलीग्राम चैनल दा 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 नु जॉइन ਕਰ ਸਕਦੇ ਜੇ ਤਦੋਂ ਸਟਾਰਟ ਕਰਦੇ ਆਂ ਅੱਜ ਦੀ ਕਲਾਸ ਤਾਂ ਅੱਜ ਦਾ ਪਹਿਲਾ ਪੁਆਇੰਟ ਹੈ ਦੀ ਗੁਆੰਡੀ ਦੇਸ਼ ਯਾਨੀ ਕਿ ਆਪਣੇ ਇੰਡੀਆ ਨਾਲ ਹੋਰ ਕਿਹੜੀ ਕੰਟਰੀਜ਼ ਨੇ ਜੋ ਕਿ ਇੰਡੀਆ ਦੀ ਬਾਉਂਡਰੀ ਨੂੰ ਟੱਚ ਕਰਦੀਆਂ ਨੇ ਉਹਨਾਂ ਬਾਰੇ ਆਪਾਂ ਹੁਣ ਸਟੱਡੀ ਕਰਨ ਜਾ ਰਹੇ ਆਂ ਠੀਕ ਹੈ ਜੀ ਤਾਂ ਕੀ ਪੁਆਇੰਟ ਹੈ ਜੀ ਗੁਆੰਡੀ ਦੇਸ਼ ਤਾਂ ਤੁਸੀਂ ਇਹਦੇ ਸਕੀ ਪੜ੍ਹੋਗੇ ਉੱਤਰ ਅਤੇ ਉੱਤਰ-ਪੱਛਮੀ ਦਿਸ਼ਾ ਵਿੱਚ ਪਾਕਿਸਤਾਨ अफगानिस्तान ਅਤੇ ਚੀਨ ਹਨ ਯਾਨੀ ਕਿ ਕਿਹੜੀ ਡਾਇਰੈਕਸ਼ਨ ਦੇ ਵਿੱਚ ਉੱਤਰ ਅਤੇ ਉੱਤਰ ਪੱਛਮੀ ਵਿੱਚ ਕਿਹੜੇ ਕਿਹੜੇ ਦੇਸ਼ ਨੇ ਪਾਕਿਸਤਾਨ ਹੈ افغانستان ਹੈ ਤੇ ਚੀਨ ਹੈ ਜੋ ਕਿ ਆਪਣੇ ਇੰਡੀਆ ਦੀ ਬਾਉਂਡਰੀ ਨੂੰ ਟੱਚ ਕਰਦੇ ਨੇ ਇਸ ਤੋਂ ਇਲਾਵਾ ਅਤੇ ਉੱਤਰ ਪੂਰਬ ਅਤੇ ਪੂਰਬ ਵਿੱਚ ਨੇਪਾਲ, ਭੂਟਾਨ, ਮਿਆਂਮਾਰ ਤੇ ਬੰਗਲਾਦੇਸ਼ ਸਿਮਾ ਸਾਂਝੀ ਕਰਦੇ ਨੇ ਤਾਂ ਦੇਖੋ ਜੀ ਇਸ ਪੁਆਇੰਟਸ ਮੇਨ ਗੱਲ ਇਹ ਹੈ ਤੁਸੀਂ ਇਹ ਧਿਆਨ ਰੱਖਣਾ ਕਿ ਕਿਹੜੀ ਕਿਹੜੀ ਕੰਟਰੀ ਜੀ ਇੰਡੀਆ ਦੀ ਬਾਉਂਡਰੀ ਨੂੰ ਟੱਚ ਕਰ ਰਹੀਆਂ ਨੇ ਉਹਨਾਂ ਦੇ ਨਾਮ ਤੁਸੀਂ ਧਿਆਨ ਰੱਖਨੇ ਨੇ ਤਾਂ ਕਿਹੜੀ ਕਿਹੜੀ ਕੰਟਰੀ ਜੀ ਉਹ ਜੀ ਪਾਕਿਸਤਾਨ ਹੈ, ਅਫਗਾਨਿਸਤਾਨ ਹੈ, ਚੀਨ, ਨੇਪਾਲ, ਭੂਟਾਨ, ਮਿਆਂਮਾਰ ਤੇ ਬੰਗਲਾਦੇਸ਼ ਠੀਕ ਹੈ ਇਹ ਉਹ ਕੰਟਰੀਜ਼ ਨੇ ਜੋ ਕਿ ਆਪਣੇ ਇੰਡੀਆ ਦੀ ਬਾਉਂਡਰੀ ਟੱਚ ਕਰ ਰਹੀਆਂ ਨੇ ਤਾਂ ਐਗਜ਼ਾਮਸ ਕੁਸ਼ਨ ਕੀ ਬਣ ਸਕਦਾ ਐਗਜ਼ਾਮਸ ਕੁਸ਼ਨ ਇਸ ਤਰ੍ਹਾਂ ਬਣੇਗਾ ਕਿ ਨਿਮਨ ਲਿਖਤ ਵਿੱਚੋਂ ਕਿਹੜਾ ਇਹੋ ਜਿਹਾ ਦੇਸ਼ ਹੈ ਜੋ ਕਿ ਆਪਣੇ ਇੰਡੀਆ ਦੀ ਬਾਉਂਡਰੀ ਨੂੰ ਟੱਚ ਨਹੀਂ ਕਰਦਾ ਜਾਂ ਫਿਰ ਪੁੱਛ ਲਿਆਗਾ ਕਿ ਕਿਹੜਾ ਦੇਸ਼ ਹੈ ਇੰਡੀਆ ਦੀ ਬਾਉਂਡਰੀ ਨੂੰ ਟੱਚ ਕਰਦਾ ਹੈ ਜੇ ਤੁਹਾਨੂੰ ਇਹਨਾਂ ਦੇ ਨਾਮ ਪਤਾ ਹੈ ਤਾਂ ਤੁਸੀਂ ਕੁਐਸਚਨ ਨੂੰ इजीली ਡੀਲ ਕਰ ਪਾਉਗੇ ਠੀਕ ਹੈ ਜੀ ਆਪਣਾ ਨੈਕਸਟ ਪੁਆਇੰਟ ਹੈ ਜੀ ਅਸ ਦਾ 1953 ਵਿੱਚ ਜਸਟਿਸ ਫਜ਼ਲ ਅਲੀ ਦੀ ਰਹਿਨੁਮਾਈ ਅਧੀਨ ਰਾਜ ਪੁਨਰਗਠਨ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਜਿਸ ਨੇ ਸਾਰੇ ਦੇਸ਼ ਨੂੰ ਭਾਸ਼ਾਈ ਆਧਾਰ ਤੇ 14 ਰਾਜ ਅਤੇ 6 ਕੇਂਦਰੀ ਰਾਜਾਂ ਵਿੱਚ ਵੰਡ ਦਿੱਤਾ ਦੇਖੋ ਜੀ ਬਹੁਤ ਇੰਪੋਰਟੈਂਟ ਪੁਆਇੰਟ ਹੈ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਹੈ ਇਹ ਸਨ ਯਾਦ ਕਰ ਲੈਣਾ ਹੈ ਇਹਦਾ 1953 ਕੁਐਸਚਨ ਬਣ ਸਕਦਾ ਹੈ ਕਿ ਰਾਜ ਪੁਨਰਗਠਨ ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ ਸੀ ਤਾਂ ਉਹ ਕੀਤੀ ਗਈ ਸੀ 1953 ਦੇ ਵਿੱਚ ਤੇ ਇਹਦੀ ਰਹਿਨੁਮਾਈ ਕਿੰਨੇ ਕੀਤੀ ਸੀ ਉਹ ਕੀਤੀ ਸੀ ਜੀ ਜਸਟਿਸ ਫਜ਼ਲ ਅਲੀ ਬਹੁਤ ਇੰਪੋਰਟੈਂਟ ਨਾਮ ਹੈ ਜਸਟਿਸ ਫਜ਼ਲ ਅਲੀ ਠੀਕ ਹੈ ਜੀ ਤੇ ਇਹਦੇ ਜਦੋਂ ਜਸਟਿਸ ਫਜ਼ਲ ਅਲੀ ਨੇ ਜਦੋਂ 1953 ਵਿੱਚ ਆਪਣੇ ਦੇਸ਼ ਦੇ ਅੰਦਰ ਅਲੱਗ-ਅਲੱਗ ਰਾਜ ਬਣਾਏ ਤਾਂ ਉਹਨੇ ਕਿਸ ਆਧਾਰ ਤੇ ਜਿਹੜੇ ਨੇ ਰਾਜਿਆਂ ਦੀ ਵੰਡ ਕੀਤੀ ਸੀ ਤਾਂ ਉਹ ਕੀਤੀ ਸੀ ਭਾਸ਼ਾਈ ਆਧਾਰ ਤੇ ਕਿਸ ਆਧਾਰ ਤੇ ਵਸਾਈਏ ਆਧਾਰ ਤੇ ਤੇ ਉਸ ਟਾਈਮ ਜਿਹੜੇ ਰਾਜੇ ਬਣੇ ਸੀ ਜੀ ਉਹ ਬਣੇ ਸੀ 14 ਰਾਜ ਬਣੇ ਸੀ ਤੇ 6 ਕੰਦੀ ਰਾਜ ਮਤਲਬ ਕਿ 6 ਯੂਟੀ ਬਣੀਆਂ ਸੀ ਠੀਕ ਹੈ ਜੀ ਇਸ ਤੋਂ ਇਲਾਵਾ ਨੈਕਸਟ ਪੁਆਇੰਟ ਬਣੇਗਾ ਦੇਖੋ ਇਹ ਪੁਆਇੰਟ ਬਹੁਤ ਇੰਪੋਰਟੈਂਟ ਹੈ ਆਪਾਂ ਜਿਹੜੀ ਹੈ SCERT 10th ਕਲਾਸ ਦੀ ਤੇ NCERT ਵਿੱਚੋਂ ਡਾਟਾ ਲਿਆ ਗਿਆ ਹੈ ਤੇ ਇਸ ਦੇ ਅੰਦਰ ਤੁਹਾਡੇ ਜਿਹੜੇ ਨੇ ਐਗਜ਼ਾਮਸ ਕੁਸ਼ਚਨ ਬਣਨੇ ਨੇ ਤੁਸੀਂ ਇਹਨੂੰ ਧਿਆਨ ਨਾਲ ਦੇਖ ਲੈਣਾ ਪੁਆਇੰਟ ਨੰਬਰ 20 ਹੈ ਜੀ ਪੰਜਾਬ ਪੰਜਾਬ ਰਾਜ ਦੀ ਸ਼ਾਹ ਕਮਿਸ਼ਨ ਦੀ ਸਿਫਾਰਸ਼ਾਂ ਦੀਨ ਪੰਜਾਬੀ ਪਸਾਈ ਸੂਬਾ ਹੋਣ ਕਰਕੇ ਪਹਿਲੀ ਪਹਿਲੀ ਨਵੰਬਰ 1968 ਨੂੰ ਹੋਂਦ ਵਿੱਚ ਆ ਰਿਹਾ ਆ ਰਿਹਾ ਆ ਗਿਆ ਸੀ ਠੀਕ ਹੈ ਜੀ ਤਾਂ ਮਤਲਬ ਕੀ ਆਪਣਾ ਜਿਹੜਾ ਪੰਜਾਬ ਰਾਜ ਹੈ ਆਪਣਾ ਜਿਹੜਾ ਪੰਜਾਬ ਰਾਜ ਹੈ ਇਹ ਕਦੋਂ ਹੋਣ ਚਾਇਆ ਤੇ ਕਿਸ ਕਮਿਸ਼ਨ ਦੀ ਸਿਫਾਰਿਸ਼ ਕਰਕੇ ਆਇਆ ਤੇ ਕਿਸ ਆਧਾਰ ਤੇ ਆਇਆ ਇਹ ਦਿੱਤ ਦੱਸਿਆ ਗਿਆ ਹੈ ਤੇ ਜਿਹੜਾ ਪੰਜਾਬ ਰਾਜ ਹੈ ਜੀ ਉਹ ਕਦੋਂ ਆਇਆ ਸੀਗਾ 1 ਨਵੰਬਰ 1966 ਨੂੰ ਕਦੋਂ 1 ਨਵੰਬਰ 1966 ਤੇ ਇਹਦੇ ਨਾਲ ਨਾਲ ਜਿਹੜਾ ਹੈ ਐਸਐਸ ਨੂੰ ਆਪਣਾ ਜਿਹੜਾ ਹਰਿਆਣਾ ਰਾਜ ਹੈ ਉਹ ਵੀ ਬਣਿਆ ਸੀ ਠੀਕ ਹੈ ਤਾਂ ਇਸ ਤੋਂ ਇਲਾਵਾ ਇਹ ਜਿਹੜਾ ਹੈ ਦੀ ਸ਼ਾਹ ਕਮਿਸ਼ਨ ਦੀ ਸਿਫਾਰਿਸ਼ ਕਰਕੇ ਬਣਿਆ ਸੀ ਕਾਦੀ ਸ਼ਾਹ ਕਮਿਸ਼ਨ ਇਹ ਵੀ ਜਿਹੜਾ ਹੈ ਇੱਕ ਇੰਪੋਰਟੈਂਟ ਨਾਮ ਹੈ ਜਿਹੜਾ ਇਹਦਾ ਪੂਰਾ ਨਾਮ ਸੀ ਉਸੇ ਜੇ ਸੀ ਸ਼ਾਹ ਕੀ ਸੀ ਜੇ ਸੀ ਸਾਹ ਨਾਮ ਦਾ ਇੱਕ ਜਰਾ ਸਖਸ ਸੀਗਾ ਉਹਦੀ ਸਿਫਾਰਿਸ਼ ਕਰਕੇ ਜਿਹੜਾ ਹੈ ਆਪਣਾ ਪੰਜਾਬ ਰਾਜ ਜਿਹੜਾ ਬਣਿਆ ਸੀ ਤੇ ਇਹ ਬਣਿਆ ਸੀ ਪੰਜਾਬੀ ਭਾਸ਼ਾ ਸੂਬਾ ਹੋਣ ਕਰਕੇ ਕਿਉਂਕਿ ਜਿਹੜਾ ਪੰਜਾਬ ਹੈ ਜਿੰਦਰ ਅਧਿਕਤ ਜਿਹੜੀ ਲੈਂਗੁਏਜ ਬੋਲੀ ਜਾਂਦੀ ਹੈ ਸਭ ਤੋਂ ਜ਼ਿਆਦਾ ਕਿਹੜੀ ਹੈ ਪੰਜਾਬੀ ਲੈਂਗੁਏਜ ਹੈ ਤੇ ਪੰਜਾਬੀ ਭਾਸ਼ਾ ਦੇ ਆਧਾਰ ਤੇ ਪੰਜਾਬ ਰਾਜ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ ਕਦੋਂ 1 ਨਵੰਬਰ 1966 ਨੂੰ ਨੈਕਸਟ ਪੁਆਇੰਟ ਹੈ ਜੀ ਇਸ ਸਮੇਂ ਭਾਰਤ ਦੇ કુલ 28 ਪ੍ਰਾਂਤ ਅਤੇ 9 ਕੇਂਦਰੀ ਸ਼ਾਸਿਤ ਪ੍ਰਦੇਸ਼ ਨੇ ਦੇਖੋ ਇਹ ਪੁਆਇੰਟ ਹੁਣੀ ਇੰਪੋਰਟੈਂਟ ਹੈ ਕਿਉਂ ਪਹਿਲਾਂ ਜਿਹੜੇ ਨੇ ਆਪਣੇ 29 ਪ੍ਰਾਂਤ ਸੀਗੇ 29 ਰਾਜੇ ਸੀਗੇ ਪਰ ਲੇਕਿਨ ਹੁਣ ਜਿਹੜਾ ਜੰਮੂ ਕਸ਼ਮੀਰ ਹੈ ਉਹਨੂੰ ਕੀ ਕਰ ਦਿੱਤਾ ਗਿਆ ਉਹਨੂੰ ਜੰਮੂ ਕਸ਼ਮੀਰ ਨੂੰ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਘੋਸ਼ਿਤ ਕਰ ਦਿੱਤਾ ਗਿਆ ਇਸ ਕਰਕੇ ਜਿਹੜਾ ਹੁਣ ਉਹ ਰਾਜ ਹੈ ਨਾ ਰਿਹਾ ਕਿ ਕੀ ਬਣ ਗਿਆ ਛੂਟੀ ਬਣ ਗਿਆ ਐਸੇ ਕਰਕੇ ਜਿਹੜਾ ਰਾਜ ਹੈ ਉਹ ਤਾਂ ਇੱਕ ਕਟ ਗਿਆ 29 ਤੋਂ ਹੋ ਗਏ 28 ਤੇ ਜੇ ਯੂਟੀ ਨੇ ਉਹ ਸੱਤ ਤੋਂ ਹੋ ਗਏ ਕਿੰਨੇ 9 ਇਹ ਤੁਸੀਂ ਹੁਣ ਧਿਆਨ ਰੱਖਣੇ ਨੇ ਨੈਕਸਟ ਪੁਆਇੰਟ ਹੈ 2011 ਦੀ ਜਨਗਣਨਾ ਮੁਤਾਬਕ ਭਾਰਤ ਦੀ ਜਨਸੰਖਿਆ ਦੀ ਗਣਤਾ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ। ਯਾਨੀ ਕਿ ਇੱਕ ਗੱਲ ਕਰਿਏ ਕਿ ਜਨਗਣਨਾ ਜੋ ਕਿ 2011 ਚ ਹੋਈ ਸੀ ਉਦੋਂ ਭਾਰਤ ਦੀ ਜਿਹੜੀ ਜਨਸੰਖਿਆ ਹੈ ਇੰਡੀਆ ਦੀ ਜਿਹੜੀ ਆਪਣੀ ਪੋਪੂਲੇਸ਼ਨ ਹੈ ਉਹ ਕਿੰਨੇ 1 ਕਿਲੋਮੀਟਰ ਅੰਦਰ ਕਿੰਨੇ ਵਿਅਕਤੀ ਰਹਿ ਰਹੇ ਨੇ ਇਸ ਟਾਈਮ ਜੇ ਆਪਾਂ ਇੱਕ ਐਵਰੇਜ ਲੈ ਕੇ ਚਲੀਏ ਤਾਂ 1 ਕਿਲੋਮੀਟਰ ਅੰਦਰ ਲਗਭਗ 382 ਵਿਅਕਤੀ ਜਿਹੜੇ ਨੇ ਉਹ ਰਹਿ ਰਹੇ ਨੇ ਇਹ ਜਿਹੜਾ ਡਾਟਾ ਤੁਸੀਂ ਯਾਦ ਰੱਖਣਾ ਕਿਉਂਕਿ ਜਨਸੰਖਿਆ ਜੋ ਜਨਗਣਨਾ ਉੱਥੇ ਜਿਹੜਾ ਹੈ ਕੁਐਸਚਨ ਬਣਦਾ ਹੈ ਨੈਕਸਟ ਪੁਆਇੰਟ ਹੈ ਭਾਰਤ ਵਿੱਚ ਸੰਸਾਰ ਦੇ ਸਭ ਤੋਂ ਪ੍ਰਾਤਨ ਪਹਾੜਾਂ ਵਿੱਚੋਂ ਅਰਾਵਲੀ ਪਰਵਤ ਮੌਜੂਦ ਹਨ ਅਤੇ ਹਿਮਾਲਿਆ ਪਰਬਤ ਨਵੇਂ ਜਨਮੇ ਮੋੜਦਾਰ ਪਰਬਤ ਹਨ ਠੀਕ ਹੈ ਜੀ ਜੇ ਆਪਾਂ ਗੱਲ ਕਰੀਏ ਕੁਐਸਚਨ ਬਣਦਾ ਹੈ ਕਿ ਭਾਰਤ ਵਿੱਚ ਪਾਏ ਜਾਣ ਵਾਲੇ ਜਿਹੜੇ ਪਹਾੜ ਨੇ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਪੁਰਾਣਾ ਜਿਹਾ ਜਾਂ ਫਿਰ ਸਭ ਤੋਂ ਜ਼ਿਆਦਾ ਪ੍ਰਾਚੀਨ ਪਹਾੜ ਕਿਹੜਾ ਹੈ ਤਾਂ ਉਹ ਕਿਹੜੇ ਨੇ ਜੀ ਉਹ ਹੈ ਅਰਾਵਲੀ ਪਰਬਤ ਠੀਕ ਹੈ ਜਿਹੜੀ ਅਰਾਵਲੀ ਦੀ ਪਹਾੜੀਆਂ ਨੇ ਉਹ ਬਹੁਤ ਜ਼ਿਆਦਾ ਪ੍ਰਾਚੀਨ ਨੇ ਠੀਕ ਹੈ ਐਵੇਂ ਮੰਨੋ ਕਿ ਵਿਸ਼ਵ ਦੇ ਅੰਦਰ ਵੀ ਸਭ ਤੋਂ ਜ਼ਿਆਦਾ ਪ੍ਰਾਚੀਨ ਕਿਰੀਏ ਨੇ ਅਰਾਵਲੀ ਦੀ ਪਹਾੜੀਆਂ ਨੇ ਤੇ ਲੇਕਿਨ ਜੇ ਆਪਾਂ ਗੱਲ ਕਰੀਏ ਹਿਮਾਲੇ ਜਿਹੜਾ ਪਹਾੜ ਹੈ ਕਿਹੜਾ ਹਿਮਾਲਿਆ ਇਹ ਇੱਕ ਨਵੀਨ ਪਹਾੜ ਹੈ ਯਾਨੀ ਕੁਝ ਸਮਾਂਤਲ ਬਈ ਹੈ ਨਾ ਕਿ 5 5-10 ਸਾਲ ਪਹਿਲਾਂ ਕੁਝ ਲੱਖਾਂ ਸਾਲ ਪਹਿਲਾਂ ਜਿਹੜਾ ਹੈ ਬਣਿਆ ਸੀਗਾ ਪਰ ਲੇਕਿਨ ਜਿਹੜਾ ਅਰਾਵਲੀ ਪਹਾੜ ਹੈ ਇਥਾਂ ਅਰਬੋਂ ਖਰਬੋਂ ਸਾਲ ਪਹਿਲਾਂ ਜਿਹੜਾ ਮੌਜੂਦ ਸੀ ਤੇ ਅੱਜ ਇਹਦੇ ਕੁਝ ਹੀ ਅਵਸ਼ੇਸ਼ ਬਾਕੀ ਰਹਿ ਗਏ ਨੇ ਪਰ ਲੇਕਿਨ ਜਿਹੜਾ ਹਿਮਾਲਿਆ ਪਹਾੜ ਹੈ ਇਹਦੇ ਇਹ ਜੋ ਹੈ ਇੱਕ ਨਵੀਨ ਪर्वਤ ਹੈ ਕਿਹਦਾ ਨਵੀਨ ਪर्वਤ ਨਵੇਂ ਜਨਮੇ ਅਤੇ ਮੋੜਦਾਰ ਮੋੜਦਾਰ ਮਤਲਬ ਕਿ ਫੋਲਡਡ ਮਾਊਂਟੇਨ ਕਿਹੜਾ ਫੋਲਡਡ ਇੰਗਲਿਸ਼ ਕਹਿੰਦੇ ਨੇ ਨੂੰ ਫੋਲਡਡ ਇਹ ਕਿ ਜਿਹੜਾ ਹਿਮਾਲਿਆ ਇੱਕ ਨਵੀਨ ਪਰਵਤ ਹੈ ਫੋਲਡੇਡ ਮਾਊਂਟੇਨ ਹੈ ਇਸ ਤੋਂ ਇਲਾਵਾ ਗੱਲ ਕਰਦੇ ਨੈਕਸਟ ਪੁਆਇੰਟ ਦੀ ਤਮਸਿੰਨ ਰਾਮ ਤੇ ਚਿਰਾਪੁੰਜੀ ਸੰਸਾਰ ਦੇ ਸਭ ਤੋਂ ਵੱਧ ਵਰਖਾ ਵਾਲੇ ਇਲਾਕਿਆਂ ਵਿੱਚ ਗਿਨੇ ਜਾਂਦੇ ਨੇ ਤੇ ਜਦ ਕਿ ਭਾਰਤ ਦੇ ਪੂਰਬ ਭਾਰਤ ਦੇ ਧੁਰ ਪੱਛਮ ਵਿੱਚ ਚਾਰ ਮਰੁਸਥਲ ਥਾਰ ਮਰੁਸਥਲ ਦੇ ਖੇਤਰ ਖੁਸ਼ਕ ਹੀ ਰਹਿੰਦੇ ਨੇ ਯਾਨੀ ਕਿ ਜਿਹੜਾ ਆਪਣੇ ਮੇਗਾਲਿਆ ਦੇ ਅੰਦਰ ਮਾਸਿੰਦਰਾਮ ਹੈ ਕਿਹੜਾ ਮੇਗਾਲਿਆ ਚ ਜਿਹੜਾ ਮਾਸਿੰਦਰਾਮ ਏਰੀਆ ਹੈ ਤੇ ਚਰਾਪੁੰਜੀ ਏਰੀਆ ਹੈ ਇਹਨਾਂ ਉਹ ਜਿਹੜੀ ਬਰਸਾਤ ਹੈ ਵਰਖਾ ਹੈ ਉਹ ਦੁਨੀਆਂ ਦੇ ਅੰਦਰ ਸੰਸਾਰ ਤੋਂ ਸਭ ਤੋਂ ਵੱਧ ਹੁੰਦੀ ਹੈ ਠੀਕ ਹੈ ਜੀ ਕਿਉਂਕਿ ਆਪਣੀ ਇੰਡੀਆ ਦੀ ਲੋਕੇਸ਼ਨ ਹੀ ਕੁਝ ਇਸ ਤਰ੍ਹਾਂ ਦੀ ਹੈ ਕਿ ਜਦੋਂ ਆਪਣੀ ਹਵਾਵਾਂ ਵਗਦੀਆਂ ਨੇ ਉਹ ਜਿਹੜੀਆਂ ਨੇ ਅਰਬ ਸਾਗਰ ਤੋਂ ਤੇ ਆਪਣੀ ਬੰਗਾਲ ਦੀ ਖਾੜੀ ਤੋਂ ਜਿਹੜੀਆਂ ਨੇ ਉਹ ਹਵਾਵਾਂ ਆਪਣੇ ਪਾਣੀ ਨੂੰ ਲੈ ਕੇ ਆਉਂਦੀਆਂ ਨੇ ਯਾਨੀ ਕਿ ਨਮੀ ਲੈ ਕੇ ਆਉਂਦੀਆਂ ਨੇ ਤੇ ਸਭ ਤੋਂ ਜ਼ਿਆਦਾ ਜਿਹੜੀ ਵਰਖਾ ਕਰਦੀਆਂ ਨੇ ਉੱਥੇ ਕਿੱਥੇ ਕਹੇ ਨੇ ਚਿਰਾਪੂੰਜੀ ਦੇ ਮਾਸਨ ਰਾਮ ਜੋ ਕਿੱਥੇ ਪੈਂਦਾ ਹੈ ਮੇਘਾਲਿਆ ਸਟੇਟ 'ਚ ਪੈਂਦਾ ਹੈ ਠੀਕ ਹੈ ਜੀ ਤੇ ਇਸ ਤੋਂ ਇਸ ਦੇ ਅਪੋਜੀਟ ਹੀ ਜਿਹੜਾ ਥਾਰ ਮਰੁਸਥਲ ਹੈ ਕਿਹੜਾ ਥਾਰ ਮਰੁਸਥਲ ਉਹ ਜਿਹੜਾ ਹੈ ਖੁਸ਼ਕ ਰਹਿ ਜਾਂਦਾ ਹੈ ਕਿਉਂਕਿ ਇਹਦੀ ਜਿਹੜੀ ਡਾਇਰੈਕਸ਼ਨ ਹੈ ਜੋ ਲੋਕੇਸ਼ਨ ਹੈ ਉਹ ਇਸ ਤਰ੍ਹਾਂ ਦੀ ਹੈ ਕਿ ਜਿਹੜੀਆਂ ਹਵਾਵਾਂ ਨੇ ਉਹ ਇੱਥੇ ਜਿਹੜੀ ਬਰਸ਼ਾਤ ਨਹੀਂ ਕਰ ਸਕ ਪਾਉਂਦੀਆਂ ਠ ਇਸ ਤੋਂ ਇਲਾਵਾ ਨੈਕਸਟ ਪੁਆਇੰਟ ਹੈ ਭਾਰਤ ਦੇਸ਼ ਉਸ਼ਣ ਮਾਨਸੂਨੀ ਜਲਵਾਯੂ ਵਾਲਾ ਖੇਤੀ ਪ੍ਰਧਾਨ ਦੇਸ਼ ਹੈ ਕਿਹਦਾ ਦੇਸ਼ ਹੈ ਕੁਐਸਚਨ ਬਣ ਸਕਦਾ ਹੈ ਕਿ ਭਾਰਤ ਦੇਸ਼ ਦੀ ਜਿਹੜੀ ਜਲਵਾਯੂ ਕੈਸੀ ਹੈ ਤੱਕ ਕੈਸੀ ਹੈ ਉਸ਼ਣ ਮਾਨਸੂਨੀ ਜਲਵਾਯੂ ਹੈ ਭਾਰਤ ਦੇਸ਼ ਦੀ ਤੇ ਦੇਸ਼ ਦੀ ਜ਼ਿਆਦਾ ਵਰਖਾ ਗਰਮੀ ਦੀ ਰੁੱਤ ਵਿੱਚ ਹੁੰਦੀ ਹੈ ਠੀਕ ਹੈ ਜੀ ਨੈਕਸਟ ਪੁਆਇੰਟ ਹੈ ਧਰਮ ਸਥਾਨ ਇੱਥੇ ਹੁੰਦੇ ਨੇ ਕੁਝ ਧਰਮ ਸਥਾਨ ਦਿੱਤੇ ਗਏ ਨੇ ਕਿ ਇਹ ਇਹ ਉਹ ਲਾਜ਼ਰੀ ਜੀ ਹੈ ਕਿ ਕਿਹੜੇ ਸ਼ਹਿਰ ਜਾਂ ਕਿਹੜੇ ਰਾਜਿਆ ਚ ਬਿਲੋਂਗ ਕਰਦੀ ਤੁਸੀਂ ਜਰਾ ਸੇ ਧਿਆਨ ਰੱਖਣਾ ਆਪਾਂ ਨੂੰ ਪੜ੍ਹਦੇ ਆ ਕਿ ਜਿਹੜੀ ਚਿਸ਼ਤੀ ਦੀ ਦਰਗਾਹ ਹੈ ਕਾਦੀ ਚਿਸ਼ਤੀ ਦੀ ਦਰਗਾਹ ਕਿੱਥੇ ਪਾਈ ਜਾਊਗੀ ਇਹ ਹੈ ਜੀ ਅਜਮੇਰ ਚ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਜਿਹੜੀ ਜਮਾ ਮਸਜਿਦ ਹੈ ਜਮਾ ਮਸਜਿਦ ਹੈ ਆਪਣੇ ਦਿੱਲੀ ਚ ਤੇ ਹਰਮੰਦਰ ਸਾਹਿਬ ਸਭ ਨੂੰ ਪਤਾ ਹੈ ਕਿੱਥੇ ਹੈ ਅੰਮ੍ਰਿਤਸਰ ਤੇਰਾ ਪਟਨਾ ਸਾਹਿਬ ਹੈ ਜੀ ਇੱਥੇ ਲਿਖਿਆ ਨਹੀਂ ਹੋਇਆ ਜਿਹੜਾ ਪਟਨਾ ਸਾਹਿਬ ਹੈ ਇਹ ਹੈ ਬਿਹਾਰ ਚ ਕਿੱਥੇ ਹੈ ਬਿਹਾਰ ਚ ਤੁਸੀਂ ਨੋਟ ਕਰ ਲੈਣਾ ਬਾਕੀ ਟੈਲੀਗ੍ਰਾਮ ਚੈਨਲ ਤੇ ਜਰਾ ਮੈਂ ਸ਼ੇਅਰ ਕਰ ਦੂੰਗਾ पटना साहेब है बिहार च जड़ा हेमकुंट साहेब है जी ये है उत्तराखंड च किथे है उत्तराखंड च ते हजूर साहेबा किथे कि है जी ये है जी नंदेड़ नंदेड़ किथे पेंदा है नंदेड़ पेंदे जी महाराष्ट्र च ठीक है ये ਤੁਸੀਂ ਜਿਹੜੇ ਨੇ ਸਾਰੇ ਯਾਦ ਕਰ ਲੈਣੇ ਨੇ एग्जाम ਚ ਜਿਹੜਾ ਹੈ ਆਪਣੇ ਸੋਸ਼ਲ ਸਟੱਡੀਜ਼ ਦੇ ਪੋਰਸ਼ਨ ਦੇ ਅੰਦਰ ਇਥੋਂ ਕੁਐਸਚਨ ਵੀ ਬਣ ਸਕਦਾ ਹੈ ਨੈਕਸਟ ਪੁਆਇੰਟ ਹੈ ਦੇਸ਼ ਵਿੱਚ ਹਿੰਦੀ ਨੂੰ ਬੋਲਣ ਦੇ ਬੋਲਣ ਤੇ ਸਮਝਣ ਵਾਲਿਆਂ ਦੀ ਸੰਖਿਆ ਬਹੁਤ ਜ਼ਿਆਦਾ ਹੋਣ ਕਰਕੇ ਪ੍ਰਥਮ ਰਾਸ਼ਟਰਪਤੀ ਪ੍ਰਥਮ ਰਾਸ਼ਟਰੀ ਭਾਸ਼ਾ ਦਾ ਦਰਜਾ ਹਾਸਲ ਹੈ ਅਤੇ ਅੰਗਰੇਜ਼ੀ ਲਿੰਕ ਭਾਸ਼ਾ ਦਾ ਕੰਮ ਕਰਦੀ ਹੈ ਯਾਨੀ ਕਿ ਦੇਸ਼ ਵਿੱਚ ਆਪਣੇ ਅਗਰ ਪੂਰੇ ਦੇਸ਼ ਦੀ ਗੱਲ ਕਰੀਏ ਵੈਸੇ ਤਾਂ ਅਲੱਗ-ਅਲੱਗ ਸਟੇਟਸ ਅਲੱਗ-ਅਲੱਗ ਲੈਂਗੁਏਜ ਬੋਲੀ ਜਾਂਦੀ ਹੈ ਪਰ ਲੇਕਿਨ ਓਵਰਆਲ ਐਵਰੇਜ ਪੂਰੇ ਦੇਸ਼ ਦੇ ਅੰਦਰ ਸਭ ਤੋਂ ਜ਼ਿਆਦਾ ਜਿਹੜੀ ਹੈ ਹਿੰਦੀ ਭਾਸ਼ਾ ਜਿਹੜੀ ਬੋਲੀ ਜਾਂਦੀ ਹੈ ਤੇ ਸਮਝੀ ਜਾਂਦੀ ਹੈ ਇਸ ਕਰਕੇ ਜਿਹੜੀ ਹਿੰਦੀ ਭਾਸ਼ਾ ਹੈ ਉਹਨੂੰ ਪ੍ਰਥਮ ਰਾਸ਼ਟਰੀ ਭਾਸ਼ਾ ਦਾ ਦਰਜਾ ਮਿਲਿਆ ਹੋਇਆ ਹੈ ਤੇ ਇਸ ਤੋਂ ਇਲਾਵਾ ਜਿਹੜੀ ਆਪਣੀ ਅੰਗਰੇਜ਼ੀ ਭਾਸ਼ਾ ਦੇਖੋ ਜਦੋਂ ਵੀ ਕਿਸੇ ਵਿਦੇਸ਼ ਜਾਨੇ ਆ ਇਆ ਫਿਰ ਅਦਰ ਸਟੇਟਸ ਜਾਣੇ ਆ ਤਾਂ ਆਪਾਂ ਜਿਹੜੀ ਹੈ ਇੱਕ ਦੂਜੇ ਦੀ ਲੈਂਗੁਏਜ ਨਹੀਂ ਸਮਝ ਪਾਉਂਦੇ ਇਸ ਵਾਸਤੇ ਜਿਹੜੀ ਅੰਗਰੇਜ਼ੀ ਹੈ ਉਹ ਇੱਕ ਕੋਮਨ ਲੈਂਗੁਏਜ ਹੈ ਤੇ ਇੰਟਰਨੈਸ਼ਨਲ ਲੈਂਗੁਏਜ ਹੈ ਇਸ ਵਾਸਤੇ ਜਿਹੜੀ ਅੰਗਰੇਜ਼ੀ ਨੂੰ ਕੀ ਕੰਮ ਕੀ ਕਿਹਾ ਗਿਆ ਇੱਕ ਲਿੰਕ ਭਾਸ਼ਾ ਹੈ ਕਿ ਇਹ ਦੋ ਵਿਅਕਤੀਆਂ ਦੇ ਵਿੱਚ ਜੋ ਕਿ ਆਪ ਇੱਕ ਦੂਜੇ ਦੀ ਲੈਂਗੁਏਜ ਨਹੀਂ ਸਮਝਦੇ ਉਹਨਾਂ ਵਿੱਚ ਇੱਕ ਲਿੰਕ ਦਾ ਕੰਮ ਕਰਦੀ ਹੈ ਇਸ ਵਾਸਤੇ ਅੰਗਰੇਜ਼ੀ ਨੂੰ ਲਿੰਕ ਭਾਸ਼ਾ ਦੱਸਿਆ ਗਿਆ ਨੈਕਸਟ ਪੁਆਇੰਟ ਹੈ ਜੀ ਲੋਕਗੀਤ ਤਾਂ ਇੱਥੇ ਜਿਹੜਾ ਹੁਣ ਆਪਣੇ ਕੁਝ ਲੋਕਗੀਤ ਦੱਸੇ ਗਏ ਨੇ ਤੇ ਇਹ ਲਾਸਟ ਪੁਆਇੰਟ ਹੈ ਹੁਣ ਆਪਣਾ ਜਿਹੜਾ ਚੈਪਟਰ ਕੰਪ ਠੀਕ ਹੈ ਜੀ ਲੋਕ ਗੀਤ ਕੀ ਨੇ ਕਿ ਇਹ ਕੁਝ ਲੋਕ ਗੀਤ ਨੇ ਜੋ ਕਿ ਅਲੱਗ-ਅਲੱਗ ਸਟੇਟ ਦੇ ਅੰਦਰ ਪ੍ਰਸਿੱਧ ਨੇ ਤੇ ਇਹ ਜਿਹੜਾ ਹੈ ਡਾਟਾ ਆਪਣੇ SCERT ਪੰਜਾਬ ਦੀ 10ਵੀਂ ਕਲਾਸ ਦੀ ਬੁੱਕ ਤੇ NCERT ਵਿੱਚੋਂ ਲਿਤਾ ਗਿਆ ਤੁਸੀਂ ਧਿਆਨ ਰੱਖਣਾ ਕਿ ਜਿਹੜੀ ਤੀਆਂ ਦੇ ਤੀਆਂ ਦੇ ਜਿਹੜੇ ਗੀਤ ਨੇ ਇਹ ਕਿੱਥੇ ਗਾਏ ਜਾਂਦੇ ਨੇ ਇਹ ਹੈ ਜੀ ਪੰਜਾਬ 'ਚ ਮਸ਼ਹੂਰ ਤੇ ਜਿਹੜੇ ਸਾਵਣ ਦੇ ਨੇ ਇਹ ਜੀ ਹਰਿਆਣਾ ਤੇ ਜਿਹੜਾ ਕਜਰੀ ਹੈ ਇਹ ਜੀ ਪੋਜਪੁਰ ਬਿਹਾਰ ਵਿੱਚ ਪ੍ਰਸਿੱਧ ਹੈ ਇਸ ਤੋਂ ਲੋ ਜਿਹੜਾ ਮਲਹਾਰ ਲੋਕ ਗੀਤ ਹੈ ਇਹ ਬਰਦ ਦੇ ਵਿੱਚ ਪ੍ਰਸਿੱਧ ਹੈ ਉੱਥੇ ਗਾਏ ਜਾਂਦੇ ਨੇ ਠੀਕ ਹੈ ਜੀ ਤਾਂ ਦੇਖੋ ਇਸੇ ਦੇ ਨਾਲ ਜਿਹੜਾ ਆਪਣਾ ਚੈਪਟਰ ਹੈ ਭਾਰਤ ਇੱਕ ਜਾਣ ਪਛਾਣ ਇਹ ਹੁਣ ਕੰਪਲੀਟ ਹੁੰਦਾ ਤੇ ਇਸੇ ਦੇ ਨਾਲ ਅਜੇ ਤੁਸੀਂ ਇਹਨੂੰ ਪੜ ਲੈਨੇ ਹੋ ਤਾਂ ਤੁਹਾਨੂੰ ਕਿਤੇ ਹੋਰ ਵੀ ਜਾਣ ਦੀ ਜਰੂਰਤ ਨਹੀਂ ਇਹਦੇ ਵਿੱਚੋਂ ਹੀ ਜਰਾ ਹੈ ਕੁਐਸਚਨ ਬਣ ਜਾਣਾ ਤੇ ਇਸ ਤੋਂ ਇਲਾਵਾ ਇਹ ਜਿਹੜੀ ਪੀਡੀਐਫ ਹੈ ਤੁਹਾਨੂੰ ਆਪਣੇ ਟੈਲੀਗ੍ਰam ਚੈਨਲ ਸਤਲੁਜ ਔਨਲਾਈਨ ਕਲਾਸਿਸ ਤੇ ਮਿਲ ਜਾਏਗੀ ਉੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੇ ਵੱਤ ਤੋਂ ਵਾ ਤੁਸੀਂ ਕਲਾਸ ਨੂੰ ਸ਼ੇਅਰ ਕਰ ਦਿਵੋ ਤਾਂ ਕਿ ਜੋ ਵੀ ਕੈਂਡੀਡੇਟ 82 ਸੈਕੰਡ ਪੇਪਰ ਦੀ ਪ੍ਰੀਪਰੇਸ਼ਨ ਕਰ ਰਿਹਾ ਹੈ ਉਸ ਤੱਕ ਇਹ ਪਹੁੰਚ ਜਾਏ ਤੇ ਨਾਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਦਬਾ ਲਵੋ ਤਾਂ ਕਿ ਆਉਣ ਵਾਲੀ ਹਰ ਇੱਕ ਅਪਡੇਟ ਤੇ ਹਰ ਇੱਕ ਕਲਾਸ ਤੁ